ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਅੱਜ ਹਰ ਕੋਈ ਡਰਿਆ ਹੋਇਆ ਹੈ। ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ ਆਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਹੈ। ਮਾਮਲਾ ਅੱਜ ਸਵੇਰ ਦਾ ਹੈ, ਜਦੋਂ ਖਾਂਸੀ ਤੇ ਜ਼ੁਕਾਮ ਦੇ ਚਲਦਿਆਂ ਇੱਕ ਮਰੀਜ਼ ਸਿਵਲ ਹਸਪਤਾਲ ਵਿੱਚ ਆਇਆ ਅਤੇ ਭੀੜ ਦੇਖ ਕੇ ਮੌਕੇ ਤੇ ਹੀ ਉੱਥੋਂ ਚਲਾ ਗਿਆ। ਪਰ ਜਦੋਂ ਇਸ ਬਾਰੇ ਹਸਪਤਾਲ ਪ੍ਰਸ਼ਾਸਨ ਨੂੰ ਪਤਾ ਲੱਗਿਆ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਹਨਾਂ ਨੇ ਤੁਰੰਤ ਮਰੀਜ਼ ਨੂੰ ਫੋਨ ਕੀਤਾ ਅਤੇ ਹਸਪਤਾਲ ਵਿੱਚ ਆਉਣ ਦੀ ਗੱਲ ਆਖੀ, ਜਿੱਥੇ ਜਾਂਚ ਲਈ ਉਸਦਾ ਬਲੱਡ ਸੈਂਪਲ ਲਿਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਵਿੱਚ ਬਣੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰ ਦਿੱਤਾ ਗਿਆ, ਜਿੱਥੇ ਉਹ ਜੇਰੇ ਇਲਾਜ ਹੈ। ਮਰੀਜ਼ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਪ੍ਰੋਬਲਮ ਕੀ ਹੈ, ਕੋਰੋਨਾ ਵਾਇਰਸ ਦੇ ਸਿੰਪਟਮਸ ਕਰਕੇ ਸੀਗਾ ਉਹ, ਤੇ ਬਾਕੀ ਟੈਸਟ ਵਗੈਰਾ ਉਹਦੇ ਭੇਜ ਦਿੱਤੇ ਗਏ ਆ ਤੇ ਉਹਦੇ ਬਾਅਦ ਚੋਂ ਰਿਪੋਰਟ ਆਉਣ ਤੋਂ ਬਾਅਦ ਚੋਂ ਹੀ ਪਤਾ ਲੱਗੇਗਾ। ਵੈਸੇ ਉਹ ਅੰਦਰ ਆਈਸੋਲੇਸ਼ਨ ਵਾਰਡ ਦੇ ਵਿੱਚ ਬੰਦਾ ਦਾਖਲ ਹੈਗਾ। ਉੱਥੇ ਹੀ ਮਰੀਜ਼ ਦੇ ਰਿਸ਼ਤੇਦਾਰ ਦਾ ਇਸ ਬਾਰੇ ਕੀ ਕਹਿਣਾ ਸੀ, ਇਹ ਤੁਸੀਂ ਖੁਦ ਸੁਣ ਸਕਦੇ ਹੋ। ਉਹ ਬੰਦੇ ਦੀ ਆਪਣੀ ਇਮਾਨਦਾਰੀ ਆ ਤੇ ਉਹਨੂੰ ਥੋੜਾ ਜਿਹਾ ਪ੍ਰੋਬਲਮ ਹੋਈ। ਕੀ ਸੀ ਪ੍ਰੋਬਲਮ? ਕੀ ਸੀ ਪ੍ਰੋਬਲਮ? ਆਹ ਸੀਗੀ ਜੀ, ਮਾੜਾ ਮੋਟਾ ਕੋਈ ਜਿੱਦਾਂ ਛਿੱਕਾਂ ਲੱਗ ਗਈਆਂ ਜਾਂ ਉਹਦਾ ਕੋਈ ਮਾੜਾ ਮੋਟਾ ਜ਼ੁਕਾਮ ਹੋ ਗਿਆ, ਇਸ ਪ੍ਰੋਬਲਮ ਦੇ ਕਰਕੇ ਉਹਨੇ ਆਪਣੇ ਆਪ ਨੂੰ ਇੱਥੇ ਚੈੱਕ ਕਰਵਾਇਆ ਅਤੇ ਰਸ਼ ਜ਼ਿਆਦਾ ਹੋਣ ਕਰਕੇ ਉਹ ਆਪਣੇ ਇੱਥੇ ਫਾਰਮ ਫੁਰਮ ਜੋ ਵੀ ਸੀਗੇ ਉਹਨੇ ਭਰਾ ਲਏ, ਫਿਰ ਉਹ ਚਲਾ ਗਿਆ ਰਸ਼ ਦੇਖ ਕੇ। ਬਾਅਦ 'ਚ ਇਹਨਾਂ ਨੇ ਕਿਹਾ ਵੀ ਫੋਨ ਕਰਨ ਲੱਗ ਪਏ ਵੀ ਤੁਸੀਂ ਇੱਥੇ ਆਓ ਨਹੀਂ ਤਾਂ ਅਸੀਂ ਐਂਬੂਲੈਂਸ ਭੇਜਾਂਗੇ। ਉਹ ਬੰਦੇ ਦੀ ਸਾਡੇ ਦੀ ਆਪਣੀ ਇਮਾਨਦਾਰੀ ਆ ਕਿ ਉਹ ਦੇਖੋ ਆਪ ਇੱਥੇ ਆਇਆ ਚੱਲ ਕੇ, ਕੋਈ ਉਹਨੂੰ ਦੁੱਖ ਨਹੀਂ, ਕੋਈ ਤਕਲੀਫ ਨਹੀਂ। ਅੱਜ ਵੀ ਰਿਪੋਰਟ ਦੇਖੀ ਆ, ਇੱਥੋਂ ਮੈਡਮ ਨੇ ਸਾਨੂੰ ਕਿਹਾ, ਨਰਸ ਨੇ, ਕਿ ਦੁਪਹਿਰੇ ਤੁਸੀਂ ਆਪਣੀ ਰਿਪੋਰਟ ਲੈ ਕੇ ਆਓ। ਮੈਂ ਇਹਨੂੰ ਪੁੱਛਿਆ ਵੀ ਤੇਰੀ ਰਿਪੋਰਟ ਸਵੇਰੇ ਕੀ ਲਿਆ, ਉਹਨਾਂ ਨੇ ਦੱਸਿਆ ਕਿ ਵੀ ਭਾਅ ਜੀ ਮੇਰੀ ਹੈ ਨਾ ਬਲੱਡ ਲੈ ਕੇ ਗਏ ਸੀ ਟੈਸਟ ਕਰਨ ਵਾਸਤੇ। ਮੈਂ ਜਾ ਕੇ ਲੈਬੋਰਟਰੀ ਦੇ ਵਿੱਚੋਂ ਮੈਡਮ ਦੇ ਆਉਣ ਦੇ ਉੱਤੇ ਰਿਪੋਰਟ ਵੀ ਲੈ ਕੇ ਆਇਆ ਉਹਦਾ। ਨਹੀਂ ਨਹੀਂ ਨਹੀਂ, ਰਿਪੋਰਟਾਂ ਤਾਂ ਸਾਰੀਆਂ ਪਹਿਲਾਂ ਦਾਖਲ ਕੀਤਾ, ਰਿਪੋਰਟਾਂ ਫੇਰ ਲਈਆਂ। ਹੁਣ ਕਰੋਮਾ ਵਾਲੇ ਰੂਮ ਦੇ ਵਿੱਚ ਕਿਉਂ ਬੰਦ ਕੀਤਾ? ਇਹ ਇਹਨਾਂ ਨੇ ਆਪ ਕੀਤਾ ਜੀ, ਅਸੀਂ ਤਾਂ ਆਪ ਸਮਝ ਕੇ ਕਹਿੰਦੇ ਵੀ ਜਦ ਬੰਦਾ ਸਾਡਾ ਸਹੀ ਆ ਤੇ ਹੁਣ ਹੁਣ ਕਿਹੜੇ ਵਾਰਡ 'ਚ ਇਹ? ਹੁਣ ਵੀ ਉੱਥੇ ਹੀ ਆ, ਦੇਖੋ ਸਾਡੀ ਆਪਣੀ ਇਮਾਨਦਾਰੀ ਆ, ਦੇਖੋ ਇਹਨਾਂ ਨੂੰ ਜਿੰਦਾ ਲਾਇਆ ਸੀਗਾ ਇਹਨਾਂ ਨੇ। ਹੁਸ਼ਿਆਰਪੁਰ ਤੋਂ ਅਸ਼ਵਨੀ ਕੁਮਾਰ ਸ਼ਰਮਾ ਦੀ ਰਿਪੋਰਟ। ਚਮਤਕਾਰ ਹੁੰਦੇ ਨੇ ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਪਾਓ ਹਰ ਪਰੇਸ਼ਾਨੀ ਦਾ ਹੱਲ। 7 ਦਿਲਮਾਂ ਦੇ ਮਾਹਿਰ, ਮੇਰੇ ਕਿੱਤੇ ਨੂੰ ਕੋਈ ਘੱਟ ਨਹੀਂ ਸਕਦਾ। ਸਪੈਸ਼ਲਿਸਟ ਲਵ ਮੈਰਿਜ, ਵਸ਼ੀਕਰਨ, ਲੋਟਰੀ ਨੰਬਰ, ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ 'ਚ ਅਣਬਣ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਨਸ਼ਾ ਜਾਂ ਬੁਰੀ ਸੰਗਤ ਛੁਡਵਾਉਣਾ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵੱਸ 'ਚ ਕਰੋ, ਲੋਟਰੀ ਨੰਬਰ ਪਾਓ 6-4-9 ਹੋਵੇ ਜਾਂ ਲੋਟੋਮੈਕਸ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਅਤੇ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 9996826004